ਭਜਾ ਕੇ ਰਿਹਾ ਤੂੰ ਭਜਾ ਕੇ ਰਿਹਾ ਉਹਦੀ ਲੱਤ ਟੁੱਟ ਗਈ ਬੰਦੇ ਦੀ ਤੂੰ ਕਿਉਂ ਭਜਾ ਕੇ ਰਿਹਾ ਫਿਰ ਤੇਲ ਖਤਮ ਹੈ ਕਿੱਥੋਂ ਆਇਆ ਤੂੰ ਐਕਸੀਡੈਂਟ ਕਰਕੇ ਭੱਜ ਰਹੇ ਇੱਕ ਜੁਗਾੜੂ ਰੇੜੀ ਵਾਲੇ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ ਅਤੇ ਲੋਕਾਂ ਨੇ ਉਸਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਵੀ ਕੀਤੀ ਹੈ। ਤਾਂ ਦੱਸ ਦਈਏ ਕਿ ਇੱਕ ਜੁਗਾੜੂ ਰੇੜੀ ਵਾਲੇ ਨੇ ਇੱਕ ਬਾਈਕ ਦੇ ਵਿੱਚ ਟੱਕਰ ਮਾਰੀ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੀ ਲੱਤ ਟੁੱਟ ਗਈ। ਹਾਲਾਂਕਿ ਜੁਗਾੜੂ ਵਾਹਨ ਵਾਲੇ ਨੇ ਉਸਨੂੰ ਫੜਨ ਦੀ ਥਾਂ ਉੱਥੋਂ ਰੇੜੀ ਭਜਾਉਣੀ ਹੀ ਆਪਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਖੜੇ ਲੋਕਾਂ ਨੇ ਉਸਦਾ ਪਿੱਛਾ ਕੀਤਾ। ਹਾਲਾਂਕਿ ਪਹਿਲਾਂ ਤਾਂ ਉਸਨੇ ਆਪਣੀ ਜੁਗਾੜੂ ਰੇੜੀ ਨੂੰ ਕਾਫੀ ਦੂਰ ਤੱਕ ਭਜਾਇਆ ਅਤੇ ਮੌਕੇ ਦੇ ਉੱਤੇ ਲੋਕਾਂ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਨਹੀਂ ਗਿਆ। ਫਿਰ ਜਿਸ ਤੋਂ ਬਾਅਦ ਦੇ ਵਿੱਚ ਲਗਾਤਾਰ ਉਸਦਾ ਪਿੱਛਾ ਕੀਤਾ ਤਾਂ ਕਈ ਕਿਲੋਮੀਟਰ ਦੂਰ ਜਾ ਕੇ ਉਸ ਜੁਗਾੜੂ ਰੇੜੀ ਵਾਲੇ ਨੂੰ ਕਾਬੂ ਕੀਤਾ ਅਤੇ ਮੌਕੇ ਦੇ ਉੱਤੇ ਹੀ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਤਾਂ ਪਟਿਆਲਾ ਦੇ ਸਨੋਰੀ ਅੱਡੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੇ ਦਿਨਾਂ ਇੱਕ ਜੁਗਾੜੂ ਰੇੜੀ ਵਾਲੇ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਬਾਈਕ ਸਵਾਰ ਵਾਲੇ ਦੀ ਮਦਦ ਕਰਨ ਦੀ ਥਾਂ ਇਹ ਜੁਗਾੜੂ ਰੇੜੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ, ਪਰ ਕੁਝ ਲੋਕਾਂ ਨੇ ਇਹ ਸਾਰਾ ਹਾਦਸਾ ਦੇਖਿਆ ਅਤੇ ਬੜੀ ਮੁਸ਼ਕਲ ਤੋਂ ਬਾਅਦ ਇਸ ਜੁਗਾੜੂ ਰੇੜੀ ਵਾਲੇ ਨੂੰ ਭਜਾ ਕੇ ਕਾਬੂ ਕੀਤਾ ਗਿਆ। ਭਜਾ ਕੇ ਰਿਹਾ ਉਹਦੀ ਲੱਤ ਟੁੱਟ ਗਈ ਬੰਦੇ ਦੀ ਤੂੰ ਕਿਉਂ ਭਜਾ ਕੇ ਰਿਹਾ ਫਿਰ ਤੇਲ ਖਤਮ ਹੈ ਕਿੱਥੋਂ ਆਇਆ ਤੂੰ। ਐਕਸੀਡੈਂਟ ਕਰਕੇ ਭੱਜ ਰਹੇ ਇੱਕ ਜੁਗਾੜੂ ਰੇੜੀ ਵਾਲੇ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ ਅਤੇ ਲੋਕਾਂ ਨੇ ਉਸਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਵੀ ਕੀਤੀ ਹੈ। ਤਾਂ ਦੱਸ ਦਈਏ ਕਿ ਇੱਕ ਜੁਗਾੜੂ ਰੇੜੀ ਵਾਲੇ ਨੇ ਇੱਕ ਬਾਈਕ ਦੇ ਵਿੱਚ ਟੱਕਰ ਮਾਰੀ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੀ ਲੱਤ ਟੁੱਟ ਗਈ। ਹਾਲਾਂਕਿ ਜੁਗਾੜੂ ਵਾਹਨ ਵਾਲੇ ਨੇ ਉਸਨੂੰ ਫੜਨ ਦੀ ਥਾਂ ਉੱਥੋਂ ਰੇੜੀ ਭਜਾਉਣੀ ਹੀ ਆਪਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਖੜੇ ਲੋਕਾਂ ਨੇ ਉਸਦਾ ਪਿੱਛਾ ਕੀਤਾ। ਹਾਲਾਂਕਿ ਪਹਿਲਾਂ ਤਾਂ ਉਸਨੇ ਆਪਣੀ ਜੁਗਾੜੂ ਰੇੜੀ ਨੂੰ ਕਾਫੀ ਦੂਰ ਤੱਕ ਭਜਾਇਆ ਅਤੇ ਮੌਕੇ ਦੇ ਉੱਤੇ ਲੋਕਾਂ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਨਹੀਂ ਗਿਆ। ਫਿਰ ਜਿਸ ਤੋਂ ਬਾਅਦ ਦੇ ਵਿੱਚ ਲਗਾਤਾਰ ਉਸਦਾ ਪਿੱਛਾ ਕੀਤਾ ਤਾਂ ਕਈ ਕਿਲੋਮੀਟਰ ਦੂਰ ਜਾ ਕੇ ਉਸ ਜੁਗਾੜੂ ਰੇੜੀ ਵਾਲੇ ਨੂੰ ਕਾਬੂ ਕੀਤਾ ਅਤੇ ਮੌਕੇ ਦੇ ਉੱਤੇ ਹੀ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਤਾਂ ਪਟਿਆਲਾ ਦੇ ਸਨੋਰੀ ਅੱਡੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੇ ਦਿਨਾਂ ਇੱਕ ਜੁਗਾੜੂ ਰੇੜੀ ਵਾਲੇ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਬਾਈਕ ਸਵਾਰ ਵਾਲੇ ਦੀ ਮਦਦ ਕਰਨ ਦੀ ਥਾਂ ਇਹ ਜੁਗਾੜੂ ਰੇੜੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ, ਪਰ ਕੁਝ ਲੋਕਾਂ ਨੇ ਇਹ ਸਾਰਾ ਹਾਦਸਾ ਦੇਖਿਆ ਅਤੇ ਬੜੀ ਮੁਸ਼ਕਲ ਤੋਂ ਬਾਅਦ ਇਸ ਜੁਗਾੜੂ ਰੇੜੀ ਵਾਲੇ ਨੂੰ ਭਜਾ ਕੇ ਕਾਬੂ ਕੀਤਾ ਗਿਆ।